अटेंशन प्लीज, कृपया करके ध्यान दो। आज दे सफर दे विच तुसी करोगी मुकेरिया तो हाजीपुर, हाजीपुर तो तलवाड़ा बन रही नवी रेलवे लाइन दा सफर। ता आओ शुरू कर दे हां नवी रेलवे लाइन दा सफर। धन्यवाद। ਅਤੇ ਗੱਲ ਉਸ ਸਮੇਂ ਦੀ ਕਰਦੇ ਹਾਂ ਜਦ ਕਿ ਟ੍ਰੇਨਾਂ ਜਿਹੜੀਆਂ ਸੀਗੀਆਂ ਉਹ ਤਲਵਾੜੇ ਤੋਂ ਜਿਹੜੀਆਂ ਲੰਘਦੀਆਂ ਸੀਗੀਆਂ, ਯਾਨੀ ਕਿ ਅੱਜ ਅਸੀਂ ਜਿੱਥੇ ਖੜ੍ਹੇ ਹਾਂ ਇਹ ਟੈਰਿਸ ਹੈ ਜਿੱਥੇ ਕਿ ਤੁਸੀਂ ਪੁਰਾਣਾ ਰੇਲਵੇ ਟਰੈਕ ਮੇਰੇ ਨਾਲ ਵੇਖ ਸਕਦੇ ਹੋ, ਜਿੱਥੇ ਕਿ ਪਹਿਲਾਂ ਟ੍ਰੇਨਾਂ ਜਿਹੜੀਆਂ ਸੀਗੀਆਂ 1994 ਦੇ ਵਿੱਚ ਬੰਦ ਹੋ ਗਈ ਸੀਗੀਆਂ। ਲੇਕਿਨ ਤੁਹਾਨੂੰ ਦੱਸ ਦਈਏ ਕਿ 2000 ਦੇ ਵਿੱਚ ਜਿਹੜੀ ਇੱਕ ਟ੍ਰੇਨ ਸੀ ਜੋ ਕਿ ਕਿਹਾ ਜਾਂਦਾ ਸੀ ਕਿ ਜਿਹੜੇ BBMB ਦੇ ਵਿੱਚ ਕਰ ਰਹੇ ਕਰਮਚਾਰੀ ਜਾਂ ਮਸ਼ੀਨਾਂ ਦੇ ਲਈ ਇਸੇ ਟਰੈਕ ਤੋਂ ਜਿਹੜੀਆਂ ਟ੍ਰੇਨਾਂ ਸੀਗੀਆਂ ਉਹ ਗੁਜ਼ਰਦੀਆਂ ਸੀਗੀਆਂ। ਅਤੇ ਹੁਣ ਜਿਸ ਤੋਂ ਬਾਅਦ ਇਹ ਜਿਹੜੇ ਪੁਰਾਣੇ ਟਰੈਕ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅਤੇ ਹੁਣ ਇੱਕ ਵਾਰ ਫਿਰ ਕਹਿੰਦੇ ਨੇ 3 ਦਹਾਕਿਆਂ ਤੋਂ ਬਾਅਦ ਜਿਹੜੇ ਨਵੇਂ ਰੇਲਵੇ ਟਰੈਕ ਨੇ ਉਹ ਬਣਨ ਜਾ ਰਹੇ ਨੇ। ਅਤੇ ਅੱਜ ਤੁਹਾਨੂੰ ਵਿਖਾਵਾਂਗੇ ਕਿ ਉਹ ਨਵੇਂ ਰੇਲਵੇ ਟਰੈਕਾਂ ਦਾ ਕੰਮ ਕਿੱਥੇ ਕਿੱਥੋਂ ਤੱਕ ਚੱਲਿਆ ਹੈ, ਕਿੱਥੋਂ ਕਿੱਥੋਂ ਤੱਕ ਬਣ ਚੁੱਕਿਆ ਹੈ। ਅਤੇ ਹਾਲਾਂਕਿ ਤੁਹਾਨੂੰ ਦੱਸ ਦਈਏ ਅਤੇ ਹੋਰ ਕਿਹੜੇ ਕਿਹੜੇ ਰੇਲਵੇ ਸਟੇਸ਼ਨ ਨੇ ਜੋ ਕਿ ਮੁਕੇਰੀਆਂ ਟੂ ਤਲਵਾੜਾ ਦੇ ਰੇਲ ਪੁਆਇੰਟ ਦੇ ਵਿੱਚ ਜੋ ਕਿ ਕੰਮ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਆਉਣਗੇ। ਅਤੇ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਮੁਕੇਰੀਆਂ ਟੂ ਤਲਵਾੜਾ ਦੀ ਰੇਲਵੇ ਲਾਈਨ ਦੀ ਗੱਲ ਕੀਤੀ ਜਾਵੇ, ਕਿੰਨਾ ਕਿੰਨਾ ਕੰਮ ਚੱਲ ਚੁੱਕਿਆ, ਕਿੰਨਾ ਕੰਮ ਹੋ ਰਿਹਾ, ਸਾਰੀ ਇਨਫੋਰਮੇਸ਼ਨ ਦੇਵਾਂਗੇ। ਕਿਉਂਕਿ ਤੁਹਾਡੇ ਦਿਲਾਂ ਦੇ ਵਿੱਚ ਵੀ ਹੋਵੇਗਾ ਕਿ ਕੰਮ ਤਾਂ ਚੱਲ ਰਿਹਾ ਪਰ ਕਦੋਂ ਪੂਰਾ ਹੋਵੇਗਾ, ਕਦੋਂ ਅਸੀਂ ਨਵੀਆਂ ਨਵੀਆਂ ਰੇਲ ਗੱਡੀਆਂ ਨਵੇਂ ਨਵੇਂ ਟਰੈਕ ਦੇ ਚੱਲਦੇ ਵੇਖਾਂਗੇ। ਅਤੇ ਅੱਜ ਬਣੇ ਰਹੋ ਸਾਡੀ ਵੀਡੀਓ ਦੇ ਨਾਲ, ਅਤੇ ਚਲੋ ਫਿਰ। ਤਾਂ ਬੇਸਿਕਲੀ ਹੁਣ ਤੁਹਾਨੂੰ ਦੱਸ ਦਈਏ ਕਿ ਜਿੱਦਾਂ ਅਸੀਂ ਕਿਹਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਲਾਈਨਸ ਨੇ ਇੰਟਰਲਿੰਕ ਹੋਣਗੀਆਂ, ਅਸੀਂ ਸੋਚਿਆ ਤੁਹਾਨੂੰ ਉਹ ਵੀ ਦਿਖਾਈਏ। ਇੱਕ ਰੇਲਵੇ ਲਾਈਨ ਦੀ ਗੱਲ ਕੀਤੀ ਜਾਵੇ ਜੋ ਕਿ ਤੁਸੀਂ ਵੇਖ ਸਕਦੇ ਹੋ ਹਾਲੇ ਚੱਲਦੀ ਪਈ ਹੈ, ਮਤਲਬ ਕਿ ਇੰਟਰਲਿੰਕ ਹੈ। ਇਸ ਦੇ ਨਾਲ ਕਿਸ ਤਰੀਕੇ ਦੇ ਨਾਲ ਤਲਵਾੜੇ ਦੀ ਜਿਹੜੀ ਟ੍ਰੇਨ ਦਾ ਪ੍ਰੋਸੈਸ ਹੈ, ਜਿਹੜਾ ਕੰਮ ਹੈ, ਉਹ ਕਿੱਦਾਂ ਲਿੰਕ ਹੋਵੇਗਾ, ਇਹ ਮੇਨ ਅਸੀਂ ਐਜ ਦੇ ਵਿੱਚ ਖੜ੍ਹੇ ਹਾਂ। ਮੁਕੇਰੀਆਂ ਦਾ ਪਿੰਡ ਪਵਾਰ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਸਾਰੀਆਂ ਲਾਈਨਸ ਜਿਹੜੀਆਂ ਨੇ ਇੰਟਰਲਿੰਕ ਹੋਣਗੀਆਂ, ਕਿਸ ਤਰੀਕੇ ਦੇ ਨਾਲ ਹੋਣਗੀਆਂ। ਹਾਲਾਂਕਿ ਹਾਲੇ ਕੰਮ ਚੱਲ ਰਿਹਾ, ਅਸੀਂ ਤੁਹਾਨੂੰ ਉਹ ਵੀ ਵਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਔਨਗੋਇੰਗ ਜਿਹੜੀ ਰੇਲਵੇ ਲਾਈਨ ਹੈ ਉਹ ਫਿਲਹਾਲ ਚੱਲ ਰਹੀ ਹੈ। ਇਸ ਦੇ ਨਾਲ ਅੱਗੇ ਜਾ ਕੇ ਜਿਹੜਾ ਕੰਮ ਵੱਧਦਾ ਜਾਵੇਗਾ ਅਤੇ ਇਹ ਇੰਟਰਲਿੰਕ ਕਰਨਗੀਆਂ। ਅਤੇ ਉਸ ਤਰੀਕੇ ਦੇ ਨਾਲ ਹੀ ਤੁਸੀਂ ਪਿੱਛੇ ਵੇਖ ਸਕਦੇ ਹੋ, ਹਾਲਾਂਕਿ ਕੰਮ ਚੱਲ ਰਿਹਾ ਹੈ ਅਤੇ ਇਸ ਤਰੀਕੇ ਦੇ ਨਾਲ ਇੱਥੋਂ ਜਿਹੜੀ ਲਾਈਨ ਹੈ ਉਹ ਰੇਲਵੇ ਲਾਈਨ ਜਿਹੜੀ ਬਣੇਗੀ ਨਵੀਂ, ਜਿਹੜੀ ਲਿੰਕ ਆਊਟ ਕਰੇਗੀ ਉਹ ਕਰੇਗੀ। ਉਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸਾਰਾ ਜਿਹੜਾ ਰੇਲਵੇ ਲਾਈਨ ਦਾ ਟਰੈਕ ਬਣੇਗਾ ਅਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਜਿਹੜੀ ਔਨਗੋਇੰਗ ਰੇਲਵੇ ਲਾਈਨ ਜਿਹੜੀ ਫਿਲਹਾਲ ਜਿੱਥੋਂ ਟ੍ਰੇਨਾਂ ਜਿਹੜੀਆਂ ਨੇ ਮੁਕੇਰੀਆਂ ਟੂ ਪਠਾਨਕੋਟ ਦੀਆਂ ਜਿਹੜੀਆਂ ਜਾਂਦੀਆਂ ਨੇ ਉਹ ਫਿਲਹਾਲ ਚੱਲ ਰਹੀਆਂ ਨੇ। ਲੇਕਿਨ ਤਲਵਾੜੇ ਦੇ ਨਾਲ ਕਿੱਦਾਂ ਲਿੰਕ ਆਊਟ ਹੋਣਗੀਆਂ, ਇਹੀ ਉਹ ਟਰੈਕ ਹੈ ਜੋ ਕਿ ਅੱਗੇ ਜਾ ਕੇ ਉਸ ਲਾਈਨ ਦੇ ਨਾਲ ਲਿੰਕ ਹੋਏਗਾ ਜਿੱਥੋਂ ਕਿ ਤਲਵਾੜੇ ਦੀਆਂ ਜਿਹੜੀਆਂ ਟ੍ਰੇਨਸ ਦੀ ਗੱਲ ਕੀਤੀ ਗਈ ਸੀ। ਇਹ ਮੇਨ ਐਜ ਹੈ, ਇਹ ਪਵਾਰ ਪਿੰਡ ਹੈ ਜਿੱਥੇ ਕਿ ਲਾਈਨਸ ਜਿਹੜੀਆਂ ਨੇ ਲਿੰਕ ਆਊਟ ਹੋਣਗੀਆਂ, ਜਿਹੜੀ ਪਹਿਲਾਂ ਤੋਂ ਲਾਈਨ ਚੱਲ ਰਹੀ ਹੈ ਉਸ ਦੇ ਨਾਲ ਇਹ ਜਿਹੜਾ ਪੂਰਾ ਟਰੈਕ ਹੈ ਹਾਲਾਂਕਿ ਬਣ ਰਿਹਾ ਹੈ ਅਤੇ ਇਸ ਤੋਂ ਬਾਅਦ ਜਦੋਂ ਇਹ ਪੂਰਾ ਬੇਸਿਕਲੀ ਬਣ ਜਾਵੇਗਾ ਅਤੇ ਇੱਥੋਂ ਜਿਹੜੀਆਂ ਲਾਈਨ ਨੇ ਉਹ ਅਟੈਚ ਹੋਣਗੀਆਂ। ਅਟੈਚ ਹੋਣ ਤੋਂ ਬਾਅਦ ਇੱਥੋਂ ਹੀ ਤਲਵਾੜੇ ਦੇ ਲਈ ਜਿਹੜੀ ਟ੍ਰੇਨ ਹੈ ਜੋ ਹਰ ਕੋਈ ਸੋਚਦਾ ਹੈ ਪੁੱਛਦਾ ਹੈ ਕਿ ਕਿੱਥੋਂ ਕਿਹੜੀ ਚੀਜ਼ ਸ਼ੁਰੂ ਹੋਵੇਗੀ, ਅਤੇ ਤੁਹਾਨੂੰ ਦੱਸ ਦਈਏ ਕਿ ਇਹ ਪਵਾਰ ਪਿੰਡ ਜੋ ਮੁਕੇਰੀਆਂ ਦੇ ਵਿੱਚ ਪੈਂਦਾ ਹੈ ਇਹ ਬਿਲਕੁਲ ਮੇਨ ਐਜ ਹੈ। ਇੱਥੋਂ ਹੀ ਜਿਹੜੀ ਲਾਈਨ ਹੈ ਉਹ ਲਿੰਕ ਹੋਵੇਗੀ ਅਤੇ ਤਲਵਾੜਾ ਦੇ ਵੱਖ ਵੱਖ ਸਟੇਸ਼ਨਾਂ ਤੋਂ ਜਿਹੜੀ ਟ੍ਰੇਨ ਜਿਹੜੀ ਬਣ ਕੇ ਟਰੈਕ ਬਣ ਕੇ ਚੱਲੇਗੀ। ਹੁਣ ਗੱਲ ਕਰੀਏ ਤਾਂ ਅਸੀਂ ਪਿੰਡ ਘਸੀਟਪੁਰ ਦੇ ਵਿੱਚ ਖੜ੍ਹੇ ਹਾਂ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਹੈ ਵਰਕ ਔਨ ਪ੍ਰੋਗਰੈਸ ਹੈ, ਕੰਮ ਚੱਲ ਰਿਹਾ ਹੈ। ਕੰਮ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਜਿੰਨੇ ਇਸ ਕੰਮ ਦੇ ਦੌਰਾਨ ਜਿੰਨੇ ਇਸ ਰੇਲਵੇ ਲਾਈਨ ਜਿਹੜੀ ਬਣ ਰਹੀ ਹੈ ਇਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਓਵਰ ਦਾ ਬ੍ਰਿਜ ਬਣੇਗੀ, ਤੁਸੀਂ ਵੇਖ ਸਕਦੇ ਹੋ। ਹਾਲਾਂਕਿ ਫਿਲਹਾਲ ਤੁਹਾਨੂੰ ਇੱਕ ਬ੍ਰਿਜ ਜੋ ਫਿਲਹਾਲ ਲਈ ਬਣਿਆ ਹੋਇਆ ਤੁਹਾਨੂੰ ਦਿਖਾ ਦਈਏ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਿੱਦਾਂ ਜਿੱਦਾਂ ਇਹ ਰੇਲਵੇ ਲਾਈਨ ਯਾਨੀ ਕਿ ਰੇਲਵੇ ਟਰੈਕ ਬਣਦਾ ਜਾਵੇਗਾ ਉਸ ਤਰੀਕੇ ਦੇ ਨਾਲ ਓਵਰ ਦਾ ਬ੍ਰਿਜ ਹੋਏਗਾ ਤਾਂ ਜੋ ਕਿਸੇ ਨੂੰ ਕਿਸੇ ਤਰੀਕੇ ਦੀ ਤਕਲੀਫ ਨਾ ਹੋਵੇ, ਕਿਉਂਕਿ ਜਿਹੜੇ ਔਨ ਰੋਡ ਜਾਣਾ ਚਾਹੁੰਦੇ ਉਹਨਾਂ ਲਈ। ਬਾਕੀ ਗੱਲ ਕੀਤੀ ਜਾਵੇ ਕਿ ਟ੍ਰੇਨ ਦੀ ਤਾਂ ਤੁਸੀਂ ਵੇਖ ਸਕਦੇ ਹੋ ਵਰਕ ਚੱਲ ਰਿਹਾ ਹੈ, ਕੰਮ ਜਿਹੜਾ ਬਿਲਕੁਲ ਆਪਣੇ ਵਰਕ ਦੇ ਹਿਸਾਬ ਨਾਲ ਚੱਲ ਰਿਹਾ ਵੇਖ ਸਕਦੇ ਹੋ। ਓਵਰ ਦਾ ਬ੍ਰਿਜ ਦੀ ਗੱਲ ਕਰੀਏ ਤਾਂ ਇਸ ਤੋਂ ਦੂਰ ਵੀ ਇੱਕ ਬ੍ਰਿਜ ਬਣ ਰਿਹਾ, ਹਾਲਾਂਕਿ ਉਹ ਬਣਦਾ ਪਿਆ ਪਰ ਇਸ ਦੇ ਨਾਲ ਹੀ ਤੁਹਾਨੂੰ ਜਿੱਦਾਂ ਅਸੀਂ ਪਹਿਲਾਂ ਵੀ ਦਿਖਾ ਚੁੱਕੇ ਹਾਂ ਅੱਜ ਤੁਹਾਨੂੰ ਗਰਾਊਂਡ ਜ਼ੀਰੋ ਪੂਰੀ ਆਪਾਂ ਵੀਡੀਓ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਰੇਲਵੇ ਲਾਈਨ ਦਾ ਕੰਮ ਚੱਲ ਰਿਹਾ। ਪਿੱਛੇ ਤੁਹਾਨੂੰ ਦਿਖਾ ਸਕਦਾ ਕਿਸ ਤਰੀਕੇ ਦੇ ਨਾਲ ਮਿਕਸਿੰਗ ਪਲਾਂਟ ਦਾ ਕੰਮ ਚੱਲ ਰਿਹਾ, ਕਿਸ ਤਰੀਕੇ ਦੇ ਨਾਲ ਪੂਰਾ ਵਰਕ ਜਿਹੜਾ ਇੱਥੋਂ ਮਿਕਸਿੰਗ ਆਲ ਓਵਰ ਵਰਕ ਹੋ ਕੇ ਇੰਪਲਾਂਟ ਹੁੰਦਾ। ਉਸ ਤੋਂ ਬਾਅਦ ਤੁਸੀਂ ਸਾਹਮਣੇ ਡਾਇਰੈਕਸ਼ਨ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਓਵਰ ਬ੍ਰਿਜ ਦਾ ਹਾਲੇ ਕੰਮ ਹੋਇਆ ਹੈ। ਹੌਲੀ ਹੌਲੀ ਅੱਗੇ ਵੀ ਜਿਹੜਾ ਕੰਮ ਹੈ ਵਰਕ ਇਨ ਪ੍ਰੋਗਰੈਸ ਹੈ ਉਹ ਹੁੰਦਾ ਜਾਵੇਗਾ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਨੈਸ਼ਨਲ ਹਾਈਵੇ ਨੂੰ ਲਿੰਕ ਕਰਦਾ ਹੋਇਆ, ਕੱਟ ਕਰਦਾ ਹੋਇਆ ਅੱਗੇ ਜਿਹੜਾ ਟਰੈਕ ਹੈ ਉਹ ਲਿੰਕ ਹੋਵੇਗਾ ਪਵਾਰ ਪਿੰਡ ਦੇ ਨਾਲ।
ਤੇ ਇਹਨਾਂ ਰੇਲਵੇ ਲਾਈਨਸ ਦੀ ਇੱਕ ਖਾਸੀਅਤ ਵੀ ਹੈ। ਦਰਅਸਲ ਤੁਹਾਨੂੰ ਦੱਸਦੀ ਹੈ ਕਿ ਫਾਟਕ ਨੂੰ ਲੈ ਕੇ ਅਸੀਂ ਲੋਕ ਬੜੇ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੁੰਦੇ ਹਾਂ, ਜਦ ਫਾਟਕ ਲੱਗ ਜਾਂਦੇ ਨੇ ਬਹੁਤ ਪਰੇਸ਼ਾਨ ਹੁੰਦੇ ਹਾਂ। ਪਰ ਤੁਹਾਨੂੰ ਦੱਸਦੀ ਹੈ ਕਿ ਜਿਹੜੀਆਂ ਨਵੀਆਂ ਰੇਲਵੇ ਲਾਈਨਸ ਬਣੀਆਂ ਨੇ ਇਹਨਾਂ ਦਾ ਇੱਕ ਫਾਇਦਾ ਵੀ ਹੋਵੇਗਾ। ਦਰਅਸਲ ਤੁਸੀਂ ਮੇਰੇ ਪਿੱਛੇ ਇਸ ਓਵਰ ਦਾ ਬ੍ਰਿਜ ਨੂੰ ਵੇਖ ਸਕਦੇ ਹੋ। ਦਰਅਸਲ ਜਦੋਂ ਵੀ ਰੇਲਵੇ ਲਾਈਨਸ ਬਣ ਜਾਣਗੀਆਂ, ਟ੍ਰੇਨਸ ਜਿਹੜੀਆਂ ਕ੍ਰੋਸਿੰਗ ਲਈ ਹੈ, ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਫਾਟਕ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਕਿਉਂਕਿ ਇਸ ਦੇ ਲਈ ਵੀ ਸਰਕਾਰ ਨੇ ਬਹੁਤ ਵਧੀਆ ਤਰੀਕਾ ਜਿਹੜਾ ਹੈ ਅਪਣਾਇਆ। ਤੁਸੀਂ ਵੇਖ ਸਕਦੇ ਹੋ ਇਸ ਓਵਰ ਦੇ ਬ੍ਰਿਜ ਤੋਂ ਹੀ ਟ੍ਰੇਨਸ ਜਾਣੀਆਂ, ਜਿਸ ਕਰਕੇ ਆਫਿਸ ਜਾਣ ਵਾਲੇ ਜਾਂ ਸਕੂਲ ਜਾਣ ਵਾਲੇ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਹੀਂ ਕਰ ਸਕਣਗੇ। ਹਾਲਾਂਕਿ ਹਾਲੇ ਕੰਮ ਚੱਲ ਰਿਹਾ ਹੈ, ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕੰਮ ਚੱਲ ਰਿਹਾ ਹੈ ਤੁਹਾਨੂੰ ਉਹਨਾਂ ਪਿੰਡਾਂ ਦੇ ਨਾਮ ਵੀ ਅਸੀਂ ਜ਼ਰੂਰ ਦੱਸਾਂਗੇ। ਅਸੀਂ ਤੁਹਾਨੂੰ ਪੂਰਾ ਦਿਖਾਇਆ ਕਿਸ ਤਰੀਕੇ ਦੇ ਨਾਲ ਲਿੰਕ ਜਿਹੜੇ ਹੋਣਗੇ ਟਰੈਕ ਕਿਸ ਤਰੀਕੇ ਦੇ ਨਾਲ ਹੋਣਗੇ, ਲੇਕਿਨ ਗੱਲ ਆਉਂਦੀ ਹੈ ਜਾਦਰ ਰੇਲਵੇ ਸਟੇਸ਼ਨ ਦੀ। ਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਹਾਜੀਪੁਰ ਦਾ ਰੇਲਵੇ ਸਟੇਸ਼ਨ ਜਿਹੜਾ ਬਣੇਗਾ, ਤਿਆਰੀਆਂ ਜਿਹੜੀਆਂ ਨੇ ਹੋ ਰਹੀਆਂ ਨੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਕਿ ਇਸ ਜਗ੍ਹਾ ਦੇ ਵਿੱਚ ਜਿਹੜਾ ਹਾਜੀਪੁਰ ਦਾ ਰੇਲਵੇ ਸਟੇਸ਼ਨ ਬਣੇਗਾ ਕਿਸ ਤਰੀਕੇ ਦੇ ਨਾਲ। ਪੂਰਾ ਏਰੀਆ ਤੁਸੀਂ ਵੇਖ ਸਕਦੇ ਹੋ, ਕੰਮ ਹਾਲਾਂਕਿ ਚੱਲਿਆ ਹੋਇਆ ਹੈ। ਪੂਰੇ ਵਾਈਡ ਤਰੀਕੇ ਦੇ ਨਾਲ ਜਗ੍ਹਾ ਦੀ ਗੱਲ ਕੀਤੀ ਜਾਵੇ ਤੇ ਜਗ੍ਹਾ ਦੇ ਏਰੀਆ ਬਹੁਤ ਕੰਜ਼ਿਊਮ ਕੀਤਾ ਹੋਇਆ ਹੈ। ਤੁਸੀਂ ਵੇਖ ਸਕਦੇ ਹੋ ਕੰਮ ਜਿਹੜਾ ਵਰਕ ਔਨ ਪ੍ਰੋਗਰੈਸ ਹੈ। ਹਾਜੀਪੁਰ ਜਿੱਥੇ ਕਿ ਉਹ ਤਾਂ ਵੀ ਕਹਿੰਦੇ ਨੇ ਕਿ ਬੱਸ ਦਾ ਸਟੋਪ ਵੀ ਹੈ, ਤੇ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਰੇਲਵੇ ਸਟੇਸ਼ਨ ਵੀ ਇੱਕ ਹਾਜੀਪੁਰ ਦੇ ਵਿੱਚ ਬਣੇਗਾ ਜਿਹੜਾ ਕਿ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਹਾਲਾਂਕਿ ਹਾਲੇ ਕੰਮ ਚੱਲ ਰਿਹਾ ਤੇ ਜਦ ਨੂੰ ਕੰਮ ਖਤਮ ਹੋਵੇਗਾ ਤੇ ਇੱਥੇ ਇੱਕ ਬਣੇਗਾ ਹਾਜੀਪੁਰ ਦਾ ਰੇਲਵੇ ਸਟੇਸ਼ਨ। ਤੇ ਇਸ ਤੋਂ ਅਗਲਾ ਰੇਲਵੇ ਸਟੇਸ਼ਨ ਕਿਹੜਾ ਹੋਵੇਗਾ ਅਸੀਂ ਤੁਹਾਨੂੰ ਉਹ ਵੀ ਵਿਖਾਵਾਂਗੇ। ਤੇ ਚਲੋ ਜੀ, ਹੁਣ ਅਸੀਂ ਖੜੇ ਹਾਂ ਝੀਰ ਦੀ ਖੂਹ ਦੇ ਵਿੱਚ, ਜਿੱਥੇ ਕਿ ਸਾਈਨ ਬੋਰਡ ਵੀ ਲਿਖਿਆ ਹੋਇਆ ਹੈ ਕਿ ਮੁਕੇਰੀਆਂ ਤਲਵਾੜਾ ਰੇਲ ਪ੍ਰੋਜੈਕਟ। ਜੀ ਹਾਂ, ਤੁਹਾਨੂੰ ਦੱਸ ਦਈਏ ਇੱਥੋਂ ਹੀ ਰੇਲ ਟਰੈਕ ਜਿਹੜਾ ਹੁੰਦਾ ਗੁਜ਼ਰਦਾ ਤਲਵਾੜਾ ਸ਼ਹਿਰ ਦੇ ਵੱਲ ਜਾਵੇਗਾ ਤੇ ਵੱਖ ਵੱਖ ਪਿੰਡਾਂ ਤੋਂ ਹੁੰਦੇ ਹੋਏ ਜਿਹੜੀ ਰੇਲਵੇ ਲਾਈਨ ਹੈ ਉਹ ਬਣੇਗੀ। ਤੇ ਜਿਸ ਤੋਂ ਬਾਅਦ ਹੁਣ ਜਿਹੜਾ ਅਗਲਾ ਰੇਲਵੇ ਸਟੇਸ਼ਨ ਦੀ ਵੀ ਗੱਲ ਕਰੀਏ, ਜਦ ਅਸੀਂ ਹਾਜੀਪੁਰ ਰੇਲਵੇ ਸਟੇਸ਼ਨ ਤੁਹਾਨੂੰ ਵਿਖਾਇਆ, ਇਸੇ ਤਰ੍ਹਾਂ ਨਾਲ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਜਿਹੜਾ ਅਗਲਾ ਸਟੇਸ਼ਨ ਹੋਵੇਗਾ ਝੀਰ ਦੀ ਖੂਹ ਤੋਂ ਬਾਅਦ ਵੱਖ ਵੱਖ ਪਿੰਡਾਂ ਤੋਂ ਹੁੰਦੇ ਹੋਏ ਜਿਹੜੀ ਟ੍ਰੇਨ ਦਾ ਅਗਲਾ ਸਟੋਪ ਹੋਵੇਗਾ ਉਹ ਹੋਵੇਗਾ ਤਲਵਾੜਾ। ਜਿੱਦਾਂ ਕਿ ਸਾਈਨ ਬੋਰਡ ਤੇ ਵੀ ਲਿਖਿਆ ਹੈ ਕਿ ਮੁਕੇਰੀਆਂ ਟੂ ਤਲਵਾੜਾ ਰੇਲ ਪ੍ਰੋਜੈਕਟ, ਤੇ ਤੁਹਾਨੂੰ ਵਿਖਾਵਾਂਗੇ ਕਿ ਤਲਵਾੜੇ ਦਾ ਆਖਿਰਕਾਰ ਜਿਹੜਾ ਸਟੇਸ਼ਨ ਹੈ ਰੇਲਵੇ ਸਟੇਸ਼ਨ ਹੈ ਉਹ ਕਿੱਥੇ ਬਣੇਗਾ। ਤੇ ਫਿਲਹਾਲ ਅਸੀਂ ਜਿੱਥੇ ਹੈ ਇਹ ਜਗ੍ਹਾ ਦਾ ਨਾਮ ਝੀਰ ਦੀ ਖੂਹ ਹੈ, ਇੱਥੇ ਜਿਹੜਾ ਲਗਾਤਾਰ ਪ੍ਰੋਜੈਕਟ ਹੈ ਜਿਹੜਾ ਕੰਮ ਹੈ ਉਹ ਵਰਕ ਔਨ ਪ੍ਰੋਗਰੈਸ ਹੈ, ਕਿਸ ਤਰੀਕੇ ਦੇ ਨਾਲ ਰੇਲਵੇ ਲਾਈਨਾਂ ਬਣਨਗੀਆਂ ਤੇ ਅਗਲੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਹੁਣ ਅਸੀਂ ਚੱਲਦੇ ਹਾਂ ਤੇ ਵੇਖਦੇ ਹਾਂ ਕਿ ਤਲਵਾੜੇ ਦਾ ਰੇਲਵੇ ਸਟੇਸ਼ਨ ਕਿੱਥੇ ਬਣੇਗਾ। ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਸੀ ਕਿ ਤਲਵਾੜਾ ਦਾ ਰੇਲਵੇ ਸਟੇਸ਼ਨ ਵੀ ਵਿਖਾਵਾਂਗੇ, ਪਰ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਸਸਪੈਂਸ ਹੋਣਾ ਜ਼ਰੂਰੀ ਹੈ। ਤੇ ਤੁਹਾਨੂੰ ਵੀ ਸਸਪੈਂਸ ਇਹੀ ਦੱਸਾਂਗੇ। ਦਰਅਸਲ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਿੱਥੇ ਕਿ ਅਸੀਂ ਤਲਵਾੜਾ ਤੋਂ ਦੌਲਤਪੁਰ ਦਾ ਪੂਰਾ ਰੇਲਵੇ ਟਰੈਕ ਦੇ ਬਾਰੇ ਦੱਸਾਂਗੇ ਤੇ ਉਸੇ ਦੇ ਵਿੱਚ ਦੱਸਾਂਗੇ ਕਿੱਥੇ ਬਣੇਗਾ ਤਲਵਾੜੇ ਦਾ ਰੇਲਵੇ ਸਟੇਸ਼ਨ। ਤਦ ਤੱਕ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਕੇ ਵੀ ਦੱਸਣਾ ਹੈ ਕਿ ਤੁਸੀਂ ਕਿੰਨਾ ਇੰਤਜ਼ਾਰ ਕਰ ਰਹੇ ਹੋ ਕਿ ਇਹਨਾਂ ਏਰੀਆ ਦੇ ਵਿੱਚ ਵੀ ਰੇਲਵੇ ਲਾਈਨ ਬਣ ਕੇ ਜਲਦ ਤੋਂ ਜਲਦ ਜਿਹੜੀ ਟ੍ਰੇਨ ਹੈ ਉਹ ਸ਼ੁਰੂ ਹੋ ਜਾਵੇ। ਤਦ ਤੱਕ ਸੈਕਿੰਡ ਪਾਰਟ ਦੇ ਲਈ ਵੀ ਤੁਸੀਂ ਬਣੇ ਰਹੋ ਤਲਵਾੜਾ ਦਾ ਸਿਟੀ ਬਿਊਟੀਫੁਲ ਦੇ ਨਾਲ। ਧੰਨਵਾਦ।